ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਦ 5ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਤਾਂ ਉਸ ਵੇਲੇ ਮਾਨਸਾ ਜ਼ਿਲ੍ਹੇ ਦੇ ਵਿੱਚ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਇੱਕੋ ਹੀ ਪਿੰਡ ਦੀਆਂ ਦੋ ਧੀਆਂ ਨੇ ਜੋ ਕਿ ਇੱਕੋ ਹੀ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਉਹਨਾਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਜੀ ਹਾਂ, ਪੰਜਾਬ ਭਰ ਦੇ ਵਿੱਚ ਉਹਨਾਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਪ੍ਰਾਈਵੇਟ ਸਕੂਲਾਂ ਨੂੰ ਵੀ ਇਹਨਾਂ ਬੱਚੀਆਂ ਨੇ ਪਿੱਛੇ ਛੱਡ ਦਿੱਤਾ। ਪਿੰਡ ਦੇ ਵਿੱਚ ਇਸ ਸਮੇਂ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਬੱਚੀਆਂ ਦਾ ਹਰ ਕੋਈ ਸਨਮਾਨ ਕਰਨ ਦੇ ਲਈ ਪਹੁੰਚ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਜਿਹੜੇ ਜੀ 5ਵੀਂ ਕਲਾਸ ਦੇ ਨਤੀਜੇ ਆਏ ਨੇ ਉਹਨਾਂ 'ਚੋਂ ਜੀ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਾ ਅਤੇ ਜੀ ਮੇਰੇ ਅਧਿਆਪਕ ਅਤੇ ਜੀ ਸਾਡੇ ਪਿੰਡ ਦੇ ਸਾਰੇ ਲੋਕ ਅਤੇ ਹੋਰ ਵੀ ਵੱਡੇ ਅਫਸਰ ਮੇਰਾ ਸਨਮਾਨ ਕਰਨ ਲਈ ਆਏ ਨੇ। ਮੈਨੂੰ ਬਹੁਤ ਖੁਸ਼ੀ ਹੈ, ਮੈਂ ਵੱਡੀ ਹੋ ਕੇ ਆਰਮੀ ਅਫਸਰ ਬਣਨਾ ਹੈ। 500 ਚੋਂ 500 ਬਹੁਤ ਖੁਸ਼ੀ ਹੋਈ ਜੀ। ਮੈਂ ਅੱਜ ਦੂਜੇ ਸਥਾਨ 'ਤੇ ਪੰਜਾਬ ਵਿੱਚੋਂ ਆਈ ਹਾਂ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਕਿੰਨੇ ਨੰਬਰ ਆਏ ਨੇ? ਮੈਨੂੰ 500 ਚੋਂ 500 ਨੰਬਰ ਆਏ ਹਨ। ਕੀ ਬਣਨਾ ਵੱਡੇ? ਮੈਂ ਵੱਡੇ ਹੋ ਕੇ ਟੀਚਰ ਬਣਨਾ ਹੈ। ਅਜੇ ਹੋਰ ਵੀ ਮਿਹਨਤ ਕਰਨੀ ਪੈਣੀ ਕਰੋਗੇ? ਹਾਂਜੀ। ਅੱਜ ਪਤਾ ਲੱਗਿਆ ਜਦੋਂ ਵੀ ਪੰਜਾਬ 'ਚੋਂ ਦੂਜਾ ਸਥਾਨ ਆਇਆ, ਕਿੰਨੀ ਖੁਸ਼ੀ ਹੋਈ? ਬਹੁਤ ਜ਼ਿਆਦਾ ਖੁਸ਼ੀ। ਘਰ ਦੇ ਵਿੱਚ ਕੀ ਕਹਿੰਦੇ? ਜ਼ਿਆਦਾ ਪੜ੍ਹੋ। ਬਹੁਤ ਜ਼ਿਆਦਾ ਖੁਸ਼ੀ। ਕੀ ਕਰਦੇ ਨੇ ਮੰਮੀ ਡੈਡੀ? ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ, ਮਾਤਾ ਘਰੇਲੂ ਕੰਮ ਕਰਦੇ। ਅੱਜ ਸਾਨੂੰ ਬਹੁਤ ਖੁਸ਼ੀ ਆ, ਹੱਥ ਬੰਨ ਕੇ ਬੇਨਤੀ ਕਰਦੇ ਹਾਂ, ਸਾਡੇ ਘਰ ਖੁਸ਼ੀਆਂ ਮਿਲੀਆਂ, ਵਧਾਈਆਂ ਮਿਲੀਆਂ, ਸਾਡੀ ਕੁੜੀ ਨੇ ਰੋਸ਼ਨ ਕੀਤਾ ਨਾਂ, ਇੰਨੀਆਂ ਖੁਸ਼ੀਆਂ ਸਭ ਦੇ ਆਉਣ। ਦੱਸ ਰਹੇ ਸੀ ਵੀ ਬਾਈ ਦੇ ਤਿੰਨ ਬੇਟੀਆਂ? ਹਾਂ, ਤਿੰਨ ਬੇਟੀਆਂ, ਇੱਕ ਮੇਰੀ ਗੁੱਡੀ ਨੇ ਦੇਤੀ, ਦੋ ਕੋਲੇ ਆ। ਬੇਟੀ ਦਾ ਜਿਹੜਾ ਸੁਪਨਾ ਹੈਗਾ, ਸੁਪਨਾ ਮੈਂ ਤਾਂ ਕਹਿੰਦੀ ਹਾਂ ਮਾਲਕ ਪੂਰਾ ਕਰੇ, ਜਿਵੇਂ ਪੜ੍ਹਾਈਆਂ ਹੋਣ ਉਹ ਮੈਂ ਚੱਕਰ ਅੱਗੇ ਅੱਗੇ ਵਧੀ ਜਾਵੇ, ਮੈਨੂੰ ਤਾਂ ਖੁਸ਼ੀਆਂ ਹੀ ਮਿਲ ਜਾਣ, ਜਿੰਨਾ ਚਿਰ ਮੈਂ ਜਾਊਂਗੀ ਖੁਸ਼ੀਆਂ ਮਿਲਣ। ਮੈਂ ਬਹੁਤ ਦੁੱਖ ਦੇਖੇ ਆ, ਅੱਜ ਵਧਾਈਆਂ ਮਿਲੀਆਂ ਭਾਈ ਇਸ ਘਰ 'ਚ, ਮੈਨੂੰ ਬਹੁਤ ਮੇਰਾ ਮਨ ਖੁਸ਼ ਆ। ਮਾਨਸਾ ਜ਼ਿਲ੍ਹੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਕਿਹਾ ਜਾਂਦਾ, ਪਰ ਸਾਡੇ ਬੱਚੇ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਰਹੇ ਨੇ। ਜਿੱਥੇ ਇਹਨਾਂ ਬੱਚੀਆਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਸਧਾਰਨ ਪਰਿਵਾਰਾਂ ਦੇ ਵਿੱਚੋਂ ਹੋ ਕੇ ਇੱਕੋ ਸਕੂਲ ਦੇ ਬੱਚਿਆਂ ਨੇ ਮਾਣ ਪ੍ਰਾਪਤ ਕੀਤਾ, ਇਹਦੇ ਲਈ ਸਿੱਖਿਆ ਵਿਭਾਗ ਪੰਜਾਬ ਬਹੁਤ ਵੱਡੀ ਸ਼ਲਾਘਾ ਦਾ ਹੱਕਯੋਗ ਹੈ। ਜਿਨ੍ਹਾਂ ਅਧਿਆਪਕਾਂ ਨੇ ਇਹਨਾਂ ਨੂੰ ਪੜ੍ਹਾਇਆ ਔਰ ਜਿਨ੍ਹਾਂ ਅਧਿਆਪਕਾਂ ਨੇ ਮਿਹਨਤ ਕੀਤੀ ਹੈ, ਉਹ ਅਧਿਆਪਕ ਇਸ ਸ਼ਲਾਘਾ ਦੇ ਯੋਗ ਨੇ। ਔਰ ਇਹਨਾਂ ਦੇ ਮਾਂ ਪਿਓ ਨੇ ਜਿਹੜੇ ਭਾਵੇਂ ਸਧਾਰਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਪਰ ਜਿਹੜੀ ਇੰਨੀ ਵੱਡੀ ਪ੍ਰਾਪਤੀ ਹੈ ਬੱਚੀਆਂ ਦੀ, ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਬੱਚੀਆਂ ਵਾਸਤੇ ਸਪੈਸ਼ਲ ਸਿੱਖਿਆ ਦੇ ਪ੍ਰਬੰਧ ਕੀਤੇ ਜਾਣ, ਹੋਰ ਉਚੇਰੀ ਸਿੱਖਿਆ ਦੇ, ਤਾਂ ਜੋ ਇਹ ਬੱਚੀਆਂ ਨੂੰ ਦੇਖ ਕੇ ਸਾਰੇ ਪੰਜਾਬ ਦੀਆਂ ਬੱਚੀਆਂ ਹੋਰ ਵੀ ਉਤਸ਼ਾਹਿਤ ਹੋਣ ਸਧਾਰਨ ਘਰਾਂ ਦੀਆਂ, ਤਾਂ ਕਿ ਸਾਡੇ ਪੰਜਾਬ ਨੂੰ ਹੋਰ ਅੱਛਾ ਬਣਾਇਆ ਜਾ ਸਕੇ, ਹੋਰ ਰੰਗਲਾ ਬਣਾਇਆ ਜਾ ਸਕੇ। ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਮਾਨਸਾ ਜ਼ਿਲ੍ਹੇ ਦੀਆਂ ਜਿਹੜੇ ਦੋਨਾਂ ਬੱਚੀਆਂ ਨੇ, ਹਾਲਾਂਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਨੇ ਪੰਜਾਬ ਭਰ 'ਚ ਜਿਨ੍ਹਾਂ ਦੀਆਂ ਵੱਡੀਆਂ ਮਹਿੰਗੇ ਦਾਖਲੇ ਨੇ, ਮਹਿੰਗੀਆਂ ਫੀਸਾਂ ਨੇ, ਉਸ ਦੇ ਬਾਵਜੂਦ ਇਹਨਾਂ ਬੱਚੀਆਂ ਨੇ ਯਾਨੀ ਕਿ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ, ਜਿਸ ਕਰਕੇ ਬਹੁਤ ਵੱਡੀ ਪ੍ਰਾਪਤੀ। ਇਹ ਪਹਿਲੀ ਵਾਰੀ ਹੋਇਆ ਕਿ ਮਾਨਸਾ ਜ਼ਿਲ੍ਹੇ ਦੇ, ਬੇਸ਼ੱਕ ਬਹੁਤ ਸਾਰੀਆਂ ਅੱਗੇ ਪ੍ਰਾਪਤੀਆਂ ਹੁੰਦੀਆਂ ਨੇ, ਪਰ ਦੋਨੋਂ ਪ੍ਰਾਪਤੀਆਂ ਪਹਿਲੇ ਨੰਬਰ 'ਤੇ ਆਉਣਾ, ਦੂਜੇ ਨੰਬਰ 'ਤੇ ਆਉਣਾ, ਇਹ ਪਹਿਲੀ ਵਾਰੀ ਹੋਇਆ ਕਿ ਮਾਨਸਾ ਜ਼ਿਲ੍ਹੇ ਦੇ ਇੱਕੋ ਸਕੂਲ ਨੇ ਜਿਹੜੇ ਹੈ, ਦੋਨਾਂ ਬੱਚੀਆਂ ਨੇ ਜਿਹੜੇ ਪੰਜਾਬ ਭਰ 'ਚੋਂ, ਇਹ ਪਹਿਲਾ ਦੂਜਾ ਸਥਾਨ ਪ੍ਰਾਪਤ ਕੀਤਾ।